ਜਿਹੜੀ ਗੰਦੀ ਸਰਕਾਰ ਆਈ ਹੈ ਜੀ ਮੈਂ ਤਾਂ ਬਹੁਤ ਦੁਖੀ ਹਾਂ ਚੰਗੇ ਇਹ ਜੇ ਚੰਗੇ ਦਿਨ ਨੇ ਹੈ ਜੀ ਜਿਹੜੇ 50 ਬੰਦੇ ਮਰਵਾ ਕੇ ਪੰਜਾਬ ਦੇ ਮੁੰਡੇ ਸਾਨੂੰ ਤਾਂ ਉਹੀ ਕਾਂਗਰਸ ਕਰ ਲਈ ਆ ਤਾਂ ਸਾਡੇ ਵਾਸਤੇ ਸਹੀ ਨੇ ਉਹ ਸਿਕਿਉਰਿਟੀ ਆਪ ਕਿਉਂ ਨਹੀਂ ਫਿਰਦਾ ਨਾਲ ਉਹ ਵਰਤਮਾਨ ਆਪ ਕਿਉਂ ਨਹੀਂ ਸਿਕਿਉਰਿਟੀ ਕਿਉਂ ਨਹੀਂ ਦਾ ਫਿਰਦਾ ਬਣਾ ਕਰ ਆਪ 50 ਬੰਦੇ ਲਈ ਫਿਰਦਾ 20 ਬੰਦੇ ਉਹਦੀ ਭੈਣ ਲਈ ਫਿਰਦੇ ਆ ਉਹਦੀ ਮਾਂ ਮਾਂ ਕਰ ਫਿਰਦੇ 10 ਬੰਦੇ ਨਹੀਂ ਜਾਦੇਗੇ ਨਾ ਤੋਲੇ 10 ਬੰਦੇ ਉਹਨਾਂ ਨੂੰ ਫਾਂਸੀ ਚਾਹੀਦੀ ਆ ਜਿਹੜੇ ਬੰਦੇ ਨੇ ਮਾਰਿਆ ਉਹਨਾਂ ਨੂੰ ਮੌਤ ਦੀ ਸਜ਼ਾ ਮੌਤ ਚਾਹੀਦੀ ਆ ਸਰਕਾਰ ਤਾਂ ਹਲੇ ਤੱਕ ਉਹਨਾਂ ਨੂੰ ਫੜ ਹੀ ਨਹੀਂ ਸਕੀ ਪਤਾ ਹੀ ਨਹੀਂ ਮੇਰੇ ਫੋਟੋਆਂ ਪਾਦੀਆਂ ਬੰਦੇ ਨੇ ਰੋਟੀ ਖਾਂਦੇ ਨੇ 7 ਤੇ ਫੋਟੋਆਂ ਪਈਆਂ ਕਿਉਂ ਨਹੀਂ ਫੜਦੀ ਬੰਦੇ ਸਰਕਾਰਾਂ ਦੇ ਪਰੌਣੇ ਨੇ ਉਹ ਸਰਕਾਰਾਂ ਦੇ ਪਰੌਣੇ ਨੇ ਪੁਲਿਸ ਵਾਲਿਆਂ ਦੇ ਇਹਨਾਂ ਦਾ ਵਿੱਚ ਹੱਥਾ ਸਰਕਾਰਾਂ ਦਾ ਅੱਜ 10004 ਜ਼ਿਲ੍ਹੇ ਦੀ ਪੁਲਿਸ ਖੜੀ ਆ ਪਰਸੋਂ ਪੁਲਿਸ ਕਿੱਥੇ ਦੀ ਮਾਨਸਾ ਜ਼ਿਲ੍ਹੇ ਦੀ ਕਿੱਥੇ ਜੀ ਆਸਰੇ ਦੀਆਂ ਗੱਡੀਆਂ ਟੱਪ ਗਈਆਂ ਸਾਡਾ ਮੋਟਰ ਹੈ ਨਹੀਂ ਲੰਘਣ ਦਿੰਦੇ ਇਹ ਬੰਦੇ ਗੱਡੀਆਂ ਟੱਪ ਗਈਆਂ ਆਸਰੇ ਦੀਆਂ ਬਾਈ ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ ਇਹ ਪੈ ਗਿਆ ਬਾਈ ਯਾਰ ਉਹ ਮਿੰਨੇ ਤੇ ਇੰਨੇ ਮੁੰਡੇ ਮਰਾਏ ਤਾਂ ਤਾਂ 4-5 ਸਾਲ ਪਏ ਨੇ ਬਾਕੀ ਜੀ ਕਿੱਦਾਂ ਕਿੰਨੇ ਕੁ ਮਰਵਾਊਗਾ ਚੱਲੀ ਨਹੀਂ ਗਈ ਲੋਕਾਂ ਤੋਂ ਆ ਨਹੀਂ ਚੱਲੀ ਗਈ ਬਈ ਹਵੇਲੀ ਆ ਚੱਲੀ ਨਹੀਂ ਗਈ ਸਰਕਾਰਾਂ ਤੋਂ ਨਹੀਂ ਚੱਲੀ ਗਈ ਇਹ ਸਰਕਾਰਾਂ ਤੋਂ ਦਾ ਮੁੰਡਾ ਕਿਵੇਂ ਤਰੱਕੀ ਹਾਂ ਇੰਨੀ ਤਰੱਕੀ ਬਈ ਕਿਸੇ ਤੋਂ ਨਹੀਂ ਹੋਣੀ ਯਾਰ ਜਿੰਨੀ ਇਹ ਬੰਦਾ ਕਰ ਗਿਆ ਸਰਕਾਰਾਂ ਇਸੇ ਗੱਲ ਕਰਕੇ ਡਰੀਆਂ ਨੇ ਵੀ ਐਡੀ ਤਰੱਕੀ ਬੰਦਾ 28 ਸਾਲ ਦੀ ਉਮਰ ਇਹਦਾ ਬਾਹਲੀ ਪਈ ਆ ਦਾ ਪਿੰਡ ਚ ਰਹਿੰਦਾ ਬਈ ਦਾ ਟ੍ਰੇਡ ਖੜਾ ਇਹਨੂੰ ਗੈਂਗਸਟਰਾਂ ਨਾਲ ਜੋੜਿਆ ਪੁਲਿਸ ਵਾਲੇ ਨੇ ਕੌਣ ਕਹਿੰਦਾ ਇਹ ਗੈਂਗਸਟਰ ਇੱਕ ਕੇ ਕਹਿੰਦਾ ਫਿਰ 50 ਕਿੱਲੇ ਬਾਣ ਦੇ ਕਰਦਾ ਬੰਦਾ ਬਈ ਆਪਦੇ ਯਾਰ ਸਭ ਤੋਂ ਕੱਟਿਆ ਸਰਕਾਰ ਆਈ ਹੈ ਬਾਣ ਸਰਕਾਰ ਸਭ ਤੋਂ ਕੱਟਿਆ ਮੇਰੇ ਵਰਗਾ ਕੋਈ ਨਿੱਕੀ ਮੋਟੀ ਕੋਈ ਗੱਲਬਾਤ ਹੋ ਜਾਏ ਉਹਦੀ ਚੱਕ ਲਿਆਉਂਦੇ ਨੇ ਪੁਲਿਸ ਵਾਲੇ ਇੰਨੇ ਪੈਸੇ ਦਿਓ ਫੇਰ ਛੱਡਾਂਗੇ ਉਹਨਾਂ ਨੇ ਏਡਾ ਕੰਮ ਕਰਤਾ ਹੀਰਾ ਬੰਦਾ ਮਾਰਤਾ ਦੁਨੀਆ ਦਾ ਉਹਨਾਂ ਨੂੰ ਕਿਉਂ ਨੀ ਵਰਦੀ ਪੁਲਿਸ ਪੁਲਿਸ ਦੇ ਅੰਦਰ ਬੈਠਾ ਬਸਨੋਈ ਜਿਹਨੇ ਜ਼ਿੰਮੇਵਾਰੀ ਲਈ ਉਹਦਾ ਸਿੱਧੇ ਮਤੇ ਇਨਕਾਊਂਟਰ ਕਿਉਂ ਨੀ ਕਰਦੀ ਜਾਣ ਦਾ ਮੂਛਾਲੇ ਮੂਹ ਜਿਹੜਾ ਜਾਣ ਦਾ ਸਾਬਤ ਮਾਰੇ ਕਹਿੰਦੇ